ਕੀ ਵਾਕਿਆ ਭਾਈ ਤੁਹਾਡੇ ਨਾਲ ਕਿਸ ਤਰ੍ਹਾਂ ਹੋਇਆ ਭਾਈ ਇੱਥੇ ਖਲੋਤੇ ਪਏ ਗੱਡੀ ਲੈ ਗਏ ਤੇ ਮੈਂ ਠੀਕ ਨਹੀਂ ਤੇ ਮੈਨੂੰ ਨਾ ਉਲਟੀਆਂ ਆਉਂਦੀਆਂ ਸੀ ਤੇ ਇੱਥੇ ਗੱਡੀ ਖਲਾ ਰਹੀ ਸੀ ਤੇ ਇੱਥੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ ਕਿੱਧਰੋਂ ਆਏ ਇੱਧਰੋਂ ਆਏ ਜੀ ਬਰੋਂਵਾਲ ਤੋਂ ਆਏ ਆ ਤੇ ਉਹਨਾਂ ਕੋਲ ਇੱਕ ਦਾਤਰੀ ਤੇ ਇੱਕ ਪਿਸਟਲ ਸੀ ਅੱਛਾ ਤੇ ਉਹ ਦੋ ਜਣੇ ਆਏ ਮੂੰਹ ਮਾਂ ਬੰਨੇ ਪਏ ਸੀ ਸਪਲੈਂਡਰ ਮੋਟਰਸਾਈਕਲ ਸੀ ਨੀਲੇ ਰੰਗ ਦਾ ਤੇ ਉਹਨਾਂ ਨੇ ਭਾਜੀ ਇੱਥੋਂ ਮੈਂ ਇੱਥੇ ਪਰੇ ਖਲੋਤਾ ਸੀ ਆਹ ਮੁੰਡਾ ਸੀ ਨਾਲ ਮੇਰੇ ਇਹਦੇ ਦਾਤਰ ਮਾਰੇ ਨਾਲ ਤੇ ਨਾਲੇ ਇਹਦੇ ਕੋਲ ਪੈਸੇ ਖੋ ਕੇ ਤੇ ਭੱਜ ਗਏ ਕਿੰਨੀ ਰਕਮ ਸੀ ਰਕਮ ਭਾਜੀ ਹੈਗੀ ਸੀ 45,000 ਤੇ 300 ਤੇ 20 ਰੁਪਏ ਤੁਸੀਂ ਰੋਜ਼ਾਨਾ ਇੱਥੋਂ ਲੰਘਦੇ ਹੁੰਦੇ ਹਾਂਜੀ ਭਾਜੀ ਹਫ਼ਤੇ ਬਾਅਦ ਲੰਘੀ ਦਾ ਜੀ ਸੋਮਵਾਰ ਦੇ ਸਵਰਨੀ ਦਿਨ ਆਪਣਾ ਕੀ ਨਾਮ ਕਰਨ ਜੀ ਸਨ ਆਫ ਸ਼ਿਵ ਕੁਮਾਰ ਪਿੰਡ ਕਿਹੜਾ ਪਿੰਡ ਮਾਡਲ ਟਾਊਨ ਕਿੰਨੇ ਕੁ ਸਮਾਂ ਕਿੰਨੇ ਕੁ ਵਜੇ ਸਮਾਂ ਜੀ 4:30 ਵਜੇ ਦਾ ਜੀ ਹੋਰ ਵੀ ਕੁਛ ਉਹਨਾਂ ਨੇ ਲੁੱਟ ਖੋ ਨਹੀਂ ਜੀ ਇਕੱਲੇ ਮੋਟਰਸਾਈਕਲ ਹੀ ਉਹ ਪੈਸੇ ਹੀ ਪੈਸੇ ਖੋ ਕੇ ਹਾਂਜੀ ਪਹਿਲਾਂ ਵੀ ਕਦੀ ਇੱਕ ਦੋ ਵਾਰੀ ਹੋਈ ਹਾਂਜੀ ਪਹਿਲਾਂ ਹੋਈ ਇੱਕ ਵਾਰੀ ਕੋਈ ਗੱਡੀ ਦੀ ਭੰਨ ਤੋੜ ਵੀ ਕੀਤੀ ਗਈ ਉਹਨਾਂ ਹਾਂਜੀ ਹਾਂਜੀ ਭੰਨ ਤੋੜ ਗਈ ਜੀ ਲੈਟ ਤੋੜੀ ਹੈ ਜੀ ਕੀ ਮਾਰਿਆ ਲਾਈਟ ਦੇ ਲਾਈਟ ਦੇ ਦਾਤਰ ਮਾਰਿਆ ਜੀ ਬੰਦੇ ਨੂੰ ਜ਼ਖਮੀ ਕੀਤਾ ਕਿ ਨਹੀਂ ਬੰਦੇ ਦੇ ਦਾਤਰ ਮਾਰੇ ਹੁਣ ਬਚ ਗਿਆ ਜੀ ਜ਼ਖਮੀ ਨਹੀਂ ਹੋਇਆ ਤੇਰੇ ਦਾਤਰ ਕਿੱਥੇ ਹਾਂਜੀ ਅੰਕਲ ਜੀ ਕੀ ਮਾਮਲਾ ਹੋਇਆ ਜੀ ਜਿਹੜੀ ਲੁੱਟ ਖੋਹ ਵਾਰਦਾਤ ਹੋਈ ਹੈ ਜੀ ਨੰਦਾਲਾ ਦੇ ਵਿੱਚ ਅਸੀਂ ਦੋ ਗੈਸ ਏਜੰਸੀਆਂ ਚਲਾ ਰਹੇ ਹਾਂ ਇੱਕ ਸਵਰਨ ਗੈਸ ਹੈ ਇੱਕ ਮਿਹਰਮਾਨ ਗੈਸ ਏਜੰਸੀ ਹੈ ਅਤੇ ਕਰੀਬ ਇੱਕ ਮਹੀਨਾ ਪਹਿਲਾਂ ਪਲੱਥ ਮਕਸੂਦਪੁਰ ਰੋਡ 'ਤੇ ਵੀ ਸਾਡੇ ਜਿਹੜੇ ਡਿਲੀਵਰੀ ਬੋਆਏ ਆ ਉਹਨਾਂ ਨੂੰ ਲੁੱਟਣ ਲਈ ਪਏ ਸੀਗੇ ਉਦੋਂ ਉਹਨਾਂ ਨੂੰ ਫੜ ਲਿਆ ਗਿਆ ਸੀਗਾ ਉਹਨਾਂ ਨੇ ਗੋਲੀ ਵੀ ਚਲਾਈ ਸੀਗੀ ਅਤੇ ਉਹਦੇ 'ਚ ਇੱਕ ਬੰਦਾ ਇਹਨਾਂ ਦਾ ਜ਼ਖਮੀ ਵੀ ਹੋਇਆ ਸੀ ਲੁਟੇਰਿਆਂ ਦਾ ਉਸ ਤੋਂ ਬਾਅਦ ਅੱਜ ਕਰੀਬ ਇੱਕ ਮਹੀਨੇ ਦੇ ਬਾਅਦ ਇਹ ਦੂਜੀ ਘਟਨਾ ਵਾਪਰੀ ਹੈ ਆ ਜਿਹੜੀ ਤੁਸੀਂ ਰੋਡ ਹੈਗੀ ਹੈ ਇਹਦੇ 'ਤੇ ਸਾਡੇ ਬੰਦੇ ਅੱਜ ਸਿਲੰਡਰ ਲਗਾਉਣ ਲਈ ਆਏ ਸੀਗੇ ਅਤੇ ਉਹਨਾਂ ਤੋਂ ਰੋਕ ਕੇ ਉਹਨਾਂ ਨੂੰ ਥਰੈਟ ਕਰਕੇ ਉਹਨਾਂ ਦੇ ਕੋਲ ਵੈਪਨ ਵੀ ਸੀ ਉਹਨਾਂ ਦੇ ਕੋਲ ਡਰਾਟ ਵੀ ਸੀ ਡਰਾ ਕੇ ਅਤੇ ਇਹਨਾਂ ਕੋਲ ਕਰੀਬ 45,000 ਰੁਪਇਆ ਜੋ ਸਿਲੰਡਰਾਂ ਦੀ ਕੈਸ਼ ਸੀਗੀ ਉਹ ਲੁੱਟ ਕੇ ਉਹ ਲੈ ਗਏ ਨੇ ਇੱਥੇ ਪਤਾ ਲੱਗਾ ਅਤੇ ਅਸੀਂ ਮੌਕੇ 'ਤੇ ਆਣ ਕੇ ਤਫਤੀਸ਼ ਕਰ ਰਹੇ ਹਾਂ ਅਤੇ ਅਸੀਂ ਤਫਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਅਗਲੀ ਤਲਵੰਡੀ ਕੁੱਕਾ ਮੰਡ ਤੁਸੀਂ ਬੰਦ ਤੇ ਕਿੰਨੀ ਕੁ ਲੁੱਟ ਕਹਿ ਰਹੇ ਨੇ ਹੋਈ 45,000 ਦੇ ਕਰੀਬ ਕਹਿ ਰਹੇ ਲੁੱਟ ਖੋ ਕਿੰਨਾ ਕੋਲ ਹੋਈ ਹੈ ਜੀ ਕਿਸ ਤਰ੍ਹਾਂ ਹੋਈ ਇਹ ਗੈਂਜੈਂਸੀ ਵਾਲੇ ਨੇ ਆਪਣੇ ਐਸ ਐਗਜ਼ਾਮ ਭਾਗ ਦੇ